ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਆਪ ਰੱਬੀ ਬਾਣੀ ਸੁਣਦੇ ਹੋ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਸੁਣਦੇ ਹੋ, ਜੋ ਕਿ ਰੱਬ ਦੇ ਨਾਲ ਮਿਲਾਉਣ ਵਾਲੀਆਂ ਗੱਲਾਂ ਸੁਣਦੇ ਹੋ। ਕਿਉਂਕਿ ਗੁਰਬਾਣੀ ਤੋਂ ਬਿਨਾਂ ਸਾਨੂੰ ਰੱਬ ਬਾਰੇ ਕੌਣ ਸਮਝਾਵੇ। ਸਾਡੇ ਵੀ ਮਨ ਦੀ ਬੇਨਤੀ ਹੋਣੀ ਚਾਹੀਦੀ ਹੈ ਕਿ ਅਸੀਂ ਸਮਝ ਆਈਏ। ਗੁਰੂ ਪਿਆਰਿਓ, ਅੱਜ ਲੋੜ ਹੈ ਆਪ ਜੀ ਦੀ ਸਹਾਇਤਾ ਦੀ ਕਿ ਸੰਗਤ ਟੈਲੀਵਿਜ਼ਨ, ਜੋ ਕਿ ਆਪ ਜੀ ਦੀ ਸਹਾਇਤਾ ਨੂੰ ਲੋੜਦਾ ਹੋਇਆ ਇਹ ਬੇਨਤੀ ਕਰ ਰਹੇ ਹਾਂ ਕਿ ਆਪ ਡਾਇਰੈਕਟ ਡੈਬਿਟ 5, 10, 20 ਪਾਉਣ ਦਾ ਜੋ ਕੁਛ ਵੀ ਆਪ ਕਰ ਸਕਦੇ ਹੋ ਜ਼ਰੂਰ ਭਰੋ। ਕਿਉਂਕਿ ਸੰਗਤਾਂ ਜਦੋਂ ਗੁਰਬਾਣੀ ਦਾ ਪ੍ਰੋਗਰਾਮ ਸੁਣਦੀਆਂ ਨੇ ਔਰ ਦਾਸ ਦੇ ਕੋਲੋਂ ਅੰਮ੍ਰਿਤ ਵੇਲੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦਾ ਵਿਚਾਰ ਅਤੇ ਰੂਹਾਨੀਅਤ ਗਿਆਨ, ਉਹਨਾਂ ਦਾ ਧੰਨਵਾਦ ਜੋ ਸੁਣਦੇ ਨੇ, ਜੋ ਨਹੀਂ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਸੁਣਿਆ ਕਰੋ। ਕਿਉਂਕਿ ਜੋ ਆਪ ਜੀ ਦੀ ਸੇਵਾ ਹੈ ਉਹ ਫਿਰ ਜ਼ਰੂਰ ਸਫਲੀ ਹੋਵੇਗੀ। ਇਸ ਕਰਕੇ ਦਾਸ ਵੱਲੋਂ ਇਹ ਸੰਗਤਾਂ ਦੇ ਚਰਨਾਂ 'ਚ ਵਾਰੰਵਾਰ ਇਹ ਬੇਨਤੀ ਹੈ ਕਿ ਸੰਗਤ ਟੈਲੀਵਿਜ਼ਨ ਨੂੰ ਪ੍ਰਫੁੱਲਿਤ ਕਰਨ ਵਾਸਤੇ ਆਪਾਂ ਡਾਇਰੈਕਟ ਡੈਬਿਟ ਜ਼ਰੂਰ ਭਰੀਏ ਔਰ ਗੁਰੂ ਪਾਤਸ਼ਾਹ ਜਿਤਨੀਆਂ ਵੀ ਸੰਗਤਾਂ ਸੇਵਾ ਕਰਨਗੀਆਂ ਉਹ ਗੁਰੂ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਬਖਸ਼ੇ ਕਰਨ। ਸੋ ਦਾਸ ਭਾਈ ਨਰਿੰਦਰ ਸਿੰਘ ਜੀ ਜੋ ਆਪ ਜੀ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ, ਸੋ ਸੰਗਤ ਟੈਲੀਵਿਜ਼ਨ ਦੇ ਦੁਆਰਾ ਜੋ ਗੁਰਬਾਣੀ ਦਾ ਪ੍ਰਚਾਰ, ਧਰਮ ਦਾ ਪ੍ਰਚਾਰ ਆਪ ਸਰਵਣ ਕਰਦੇ ਹੋ, ਸੋ ਸਾਨੂੰ ਚਾਹੀਦਾ ਹੈ ਕਿ ਐਸੇ ਮੀਡੀਏ ਦੀ ਆਪਾਂ ਜ਼ਰੂਰ ਸਹਾਇਤਾ ਕਰੀਏ। ਅੱਜ ਲੋੜ ਪਈ ਹੈ ਆਪ ਜੀ ਦੀ ਸਹਾਇਤਾ ਦੀ ਅਤੇ ਜੋ ਕੁਛ ਵੀ ਆਪ ਕਰ ਸਕਦੇ, ਜਿਤਨੀਆਂ ਵੀ ਸੰਗਤਾਂ ਸੁਣਦੀਆਂ ਨੇ, ਜ਼ਰੂਰ ਇਸ ਟੈਲੀਵਿਜ਼ਨ ਨੂੰ ਸਟਰੋਂਗ ਬਣਾਉਣ ਵਾਸਤੇ ਡਾਇਰੈਕਟ ਡਾਇਬਿਟ ਜ਼ਰੂਰ ਭਰੋ। ਆਸਾ ਕਿ ਸੰਗਤਾਂ ਦਾਸ ਦੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।